ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ ਪੂਜਾ ਮਹਿਤਾ ਜੀ ਦੇ ਨਾਲ, ਜਿਨ੍ਹਾਂ ਨੇ ਕਿ IVF ਦੇ ਫੀਲਡ ਦੇ ਵਿੱਚ ਬਹੁਤ ਸਕਸੈਸ ਜਿਹੜੀ ਹੈਗੀ ਆ ਹਾਸਲ ਕੀਤੀ ਆ, ਔਰ 40 ਹੋਸਪਿਟਲ ਦੇ ਵਿੱਚ ਆਪਣੇ ਸੇਵਾਵਾਂ ਦੇ ਰਹੇ ਨੇ। ਅੱਜ ਇਹਨਾਂ ਨੇ ਆਪਣੀ ਰਿਕੁਐਸਟ ਮੰਨ ਕੇ ਆਪਾਂ ਨੂੰ ਟਾਈਮ ਦਿੱਤਾ ਹੈ ਕਿ ਅਸੀਂ IVF ਬਾਰੇ ਨਾਲ ਗੱਲ ਕਰ ਸਕੀਏ। ਦੱਸੋ ਤੁਹਾਡਾ, ਪਹਿਲਾਂ ਤਾਂ ਅਸੀਂ ਸਵਾਗਤ ਕਰਦੇ ਹਾਂ ਆਪਣੇ ਇਸ ਪ੍ਰੋਗਰਾਮ 'ਚ। ਥੈਂਕ ਯੂ ਰਿਚੀ ਜੀ। ਨਮਸਕਾਰ ਦਰਸ਼ਕੋ, ਮੇਰਾ ਨਾਮ ਡਾਕਟਰ ਪੂਜਾ ਮਹਿਤਾ ਹੈ। ਮੈਂ ਫੋਰਟਿਸ ਹੋਸਪਿਟਲ ਮੋਹਾਲੀ ਮੈਂ IVF ਸਪੈਸ਼ਲਿਸਟ ਹੂੰ, ਔਰ ਮੈਂ ਆਪਕੋ ਅੱਜ IVF ਕੇ ਬਾਰੇ ਮੈਂ ਜਾਣਕਾਰੀ ਦੇ। IVF ਮਾਨੇ ਇਨ ਵਿਟਰੋ ਫਰਟੀਲਾਈਜੇਸ਼ਨ, ਅਗਰ ਹਮ ਜਨਰਲ ਟਰਮ ਮੇਂ ਬੋਲੇ ਟੈਸਟ ਟਿਊਬ ਬੇਬੀ ਜਿਸਕੋ ਹਮ ਕਹਿਤੇ ਹੈਂ, ਠੀਕ ਹੈ। ਟੈਸਟ ਟਿਊਬ ਬੇਬੀ ਕਾ ਮਤਲਬ ਹੋਤਾ ਹੈ ਕਿ ਬੇਬੀ ਬੋਡੀ ਸੇ ਬਾਹਰ ਬਣਨਾ, ਇਨ ਵਿਟਰੋ ਮਤਲਬ ਬੋਡੀ ਸੇ ਬਾਹਰ ਬੇਬੀ ਪ੍ਰੋਡਿਊਸ ਕਰਨਾ। ਇਨ ਦ ਸੈਂਸ ਹਮ ਕਿਆ ਕਰਤੇ ਹੈ, ਹਮ ਇੱਕ ਲੇਡੀ ਕੋ 10 ਜਾਂ 11 ਦਿਨ ਕੇ ਇੰਜੈਕਸ਼ਨਸ ਦੇਤੇ ਹੈ। ਉਹ ਜਬ ਉਨਕੇ ਐਗਸ ਰੈਡੀ ਹੋ ਜਾਤੇ ਹੈ ਤੋ ਇੱਕ ਦਿਨ ਬੇਹੋਸ਼ ਕਰਕੇ ਉਨਕੇ ਅੰਡੇ ਨਿਕਾਲ ਲੇਤੇ ਹੈ। ਫਿਰ ਹਮ ਵੋ ਐਗ ਔਰ ਸਪਰਮ ਹਸਬੈਂਡ ਕੇ ਬਾਹਰ ਲੈ ਕੇ ਬਾਹਰ ਬੇਬੀ ਬਣਾਤੇ ਹੈ। ਯੂਜੁਅਲੀ 3-5 ਦਿਨੋਂ ਤੱਕ ਹਮ ਵੋ ਬੇਬੀ ਕੋ ਬਾਹਰ ਰੱਖਤੇ ਹੈ, ਔਰ ਫਿਰ ਬਾਅਦ ਮੇਂ ਭਰੂਣ ਕੇ ਅੰਦਰ ਜਿਸਕੋ ਹਮ ਕਹਤੇ ਬੱਚੇਦਾਨੀ ਕੇ ਅੰਦਰ ਉਸਕੇ ਬਾਅਦ ਇਮਪਲਾਂਟ ਕਰ ਲੇਤੇ ਹੈ। ਇਸ ਪ੍ਰੋਸੈਸ ਕੋ ਹਮ ਟੈਸਟ ਟਿਊਬ ਬੇਬੀ ਯਾ ਇਨ ਵਿਟਰੋ ਫਰਟੀਲਾਈਜੇਸ਼ਨ ਕਹਤੇ ਹੈ। ਸਭ IVF ਕੇ ਜੋ ਫੇਲਰ ਕੇਸ ਹੈ ਉਸਮੇਂ ਆਪ ਬਹੁਤ ਐਕਸਪਰਟ ਹੋ, ਔਰ ਅੱਜ ਕੱਲ IVF ਫੇਲਰ ਕਿਉਂ ਹੋ ਰਿਹਾ ਹੈ ਇਤਨਾ, ਕਿਉਂਕਿ ਲੋਕ ਥਕੇ ਹਾਰੇ ਆਤੇ ਹੈ ਆਪਕੇ ਪਾਸ ਯਹਾਂ 40s ਮੇਂ, ਜਿਨਕੋ IVF ਕਾ ਅੱਜ ਕੱਲ ਬਹੁਤ ਬੜਾ ਰੁਝਾਨ ਬਣਾ ਹੋਇਆ ਪੰਜਾਬ ਮੇਂ, ਔਰ ਆਪਕੇ ਪਾਸ ਜੋ ਥਕੇ ਹੋਏ ਆਤੇ ਹੈ ਜਿਨਕੇ 3-3 ਬਾਰ ਫੇਲਰ ਹੋਤੇ ਹੈ, ਕੈਸੇ ਆਪ ਉਨਕੋ ਪੁਆਇੰਟ ਆਊਟ ਕਰਤੇ ਹੋ ਔਰ IVF ਫੇਲਰ ਹੈ ਕਿਆ? ਸਬਸੇ ਪਹਿਲੇ ਤੋ ਆਪ ਇਸ ਬਾਤ ਸੇ ਨਾ ਘਬਰਾਓ ਕਿ ਆਪਕਾ IVF ਫੇਲ ਹੋਆ ਹੈ। IVF ਫੇਲਿਅਰ ਕੋਈ ਬਹੁਤ ਬੜੀ ਪ੍ਰੋਬਲਮ ਨਹੀਂ ਹੈ। ਪ੍ਰੋਬਲਮ ਇਹ ਆਤੀ ਹੈ ਕਿ ਹਮ ਉਸ ਚੀਜ਼ ਕੋ ਢੰਗ ਸੇ ਸੋਚੇ ਉਸਕੇ ਬਾਰੇ ਮੇਂ ਕਿ ਕਿਆ ਰੀਜ਼ਨ ਹੈ, ਕਿਉਂ ਨਹੀਂ ਹੋ ਰਹੀ ਹੈ ਪ੍ਰੈਗਨੈਂਸੀ, IVF ਕਰਨੇ ਕੇ ਬਾਵਜੂਦ ਕਿਉਂ ਨਹੀਂ ਹੋ ਰਹੀ ਹੈ। ਦੇਖੋ ਉਸਮੇਂ ਮੇਨ 3 ਕਾਰਨੋ ਸੇ ਪ੍ਰੈਗਨੈਂਸੀ ਨਹੀਂ ਹੋਤੀ ਹੈ। ਇੱਕ ਸਬਸੇ ਇੰਪੋਰਟੈਂਟ ਕਾਰਨ ਹੋਤਾ ਹੈ ਕਿ ਜੋ ਹਮ ਕਹਤੇ ਹੈ ਜੋ ਬਾਹਰ ਕਾ ਐਟਮੋਸਫੇਅਰ, ਜਿਸਕੋ ਕਹਤੇ ਹੈ ਲੈਬ, ਜਹਾਂ ਆਪਕਾ ਬੇਬੀ ਬਣ ਰਹਾ ਹੈ। ਦੂਸਰਾ ਹੋਤਾ ਹੈ ਕਿ ਯਾ ਹਮਾਰਾ ਜੋ ਐਮਬ੍ਰਿਓ, ਜਿਸਕੋ ਕਹਤੇ ਹੈ ਜੋ ਬੇਬੀ ਹੈ, ਉਸਮੇਂ ਪ੍ਰੋਬਲਮ ਹੈ। ਔਰ ਤੀਸਰੀ ਪ੍ਰੋਬਲਮ ਆ ਸਕਤੀ ਹੈ ਕਿ ਬੱਚੇਦਾਨੀ ਮੇਂ ਪ੍ਰੋਬਲਮ ਹੈ। ਇਨ ਤੀਨੋਂ ਕੇ ਇਲਾਵਾ ਯੂਜੁਅਲੀ ਕੋਈ ਔਰ ਪ੍ਰੋਬਲਮ ਨਹੀਂ ਹੋਤੀ ਹੈ। ਤੋ ਲੈਬ ਜਿਸਕੋ ਮੈਂ ਕਹੂੰ ਕਿ ਲੈਬ ਮਤਲਬ ਜੋ ਇੱਕ ਏਅਰ ਹੈਂਡਲਿੰਗ ਯੂਨਿਟ ਹੋਤਾ ਹੈ, ਇੱਕ ਲੈਬ ਬਹੁਤ ਅੱਛੀ ਕੁਆਲਿਟੀ ਕਾ ਹੋਣਾ ਚਾਹੀਏ ਲੈਬੋਰੇਟਰੀ, ਉਸਕਾ ਏਅਰ ਹੈਂਡਲਿੰਗ ਯੂਨਿਟ ਮਤਲਬ ਕੋਈ ਇਨਫੈਕਸ਼ਨ ਨਹੀਂ ਆਉਣੀ ਚਾਹੀਏ ਉਸਮੇਂ, ਉਹ ਬਹੁਤ ਅੱਛਾ ਹੋਣਾ ਚਾਹੀਏ, ਉਸਕੇ ਫਿਲਟਰਸ, ਉਸਕੇ ਸਾਰੇ ਮੀਡੀਆਜ਼, ਇਹ ਸਭ ਫ੍ਰੀਕੁਐਂਟਲੀ ਔਰ ਰੈਗੂਲਰਲੀ ਚੇਂਜ ਹੋਣੇ ਚਾਹੀਏ। ਇਹ ਹਮੇਂ ਬਹੁਤ ਧਿਆਨ ਰੱਖਣਾ ਚਾਹੀਏ ਅਗਰ ਹਮ ਲੈਬ ਕੀ ਬਾਤ ਕਰੇ, ਬਿਕੋਜ਼ ਲੈਬ ਸੇ ਹੀ ਹਮਾਰਾ ਐਮਬ੍ਰਿਓ ਬਣਤਾ ਹੈ, ਕਿਉਂਕਿ ਐਮਬ੍ਰਿਓ 5 ਦਿਨੋਂ ਤੱਕ ਅਗਰ ਬਾਹਰ ਰਹਿ ਰਿਹਾ ਹੈ ਤੋ ਉਹ ਲੈਬ ਮੇਂ ਹੀ ਗਰੋ ਕਰੇਗਾ, ਵਹੀਂ ਪੇ ਉਸਕੋ ਕੋਈ ਅਗਰ ਇਨਫੈਕਸ਼ਨ ਹੋ ਗਿਆ ਤੋ ਡੈਫੀਨੇਟਲੀ ਦਿਖਨੇ ਮੇਂ ਸ਼ਾਇਦ ਐਮਬ੍ਰਿਓ ਠੀਕ ਹੋਗਾ, ਲੇਕਿਨ ਵੋ ਅੰਦਰ ਜਾ ਕੇ ਗਰੋ ਨਹੀਂ ਕਰੇਗਾ। ਦੂਸਰੀ ਪ੍ਰੋਬਲਮ ਆਤੀ ਹੈ ਕਿ ਅਗਰ ਹਮ ਕਹੇ ਕਿ ਐਮਬ੍ਰਿਓ ਕੀ ਬਾਰੀ ਹੈ, ਐਮਬ੍ਰਿਓ ਮਤਲਬ ਐਮਬ੍ਰਿਓ 2 ਚੀਜ਼ੋ ਸੇ ਬਣਤਾ ਹੈ, ਇੱਕ ਸਪਰਮ ਔਰ ਇੱਕ ਐਗ, ਠੀਕ ਹੈ। ਤੋ ਇਦ ਯਾ ਸਪਰਮ ਮੇਂ ਪ੍ਰੋਬਲਮ ਹੋ ਸਕਤੀ ਹੈ ਯਾ ਐਗ ਮੇਂ ਪ੍ਰੋਬਲਮ ਹੋ ਸਕਤੀ ਹੈ। ਸੇ ਅਗਰ ਐਗ ਮੇਂ ਪ੍ਰੋਬਲਮ ਹੈ ਤੋ ਹਮ ਕਈ ਵਾਰ ਉਸਕੋ ਅੱਛੇ ਇੰਜੈਕਸ਼ਨਸ ਦੇ ਕੇ ਯਾ ਬਹੁਤ ਅਲਗ ਤਰੀਕੋ ਸੇ ਡੀਲ ਕਰਕੇ ਹਮ ਉਸਕੋ ਐਗ ਕੀ ਪ੍ਰੋਬਲਮ ਡੀਲ ਕਰ ਸਕਤੇ ਹੈ। ਦੂਸਰੀ ਬਾਤ, ਅਗਰ ਸਪੋਜ਼ ਸਪਰਮ ਮੇਂ ਪ੍ਰੋਬਲਮ ਹੈ, ਸਪਰਮ ਮੇਂ ਪ੍ਰੋਬਲਮ ਹੈ ਤੋ ਕਈ ਕਭੀ ਹਮੇਂ ਇੱਕ ਉਸਸੇ ਉੱਪਰ ਵਾਲੇ ਤਰੀਕੇ, ਜਿਸਕੋ ਹਮ ਕਹਤੇ ਇਮਸੀ, IMSI, ਜੋ ICSI ਸੇ ਇੱਕ ਸਟੈਪ ਉੱਪਰ ਹੋਤਾ ਹੈ, ICSI ਮੇਂ ਜੈਸੇ ਜੋ ਮੈਗਨੀਫਿਕੇਸ਼ਨ ਹੋਤਾ ਹੈ, ICSI ਯਾ IVF ਜੋ ਨਾਰਮਲ ਹੋਤਾ ਹੈ ਉਸਮੇਂ ਮੈਗਨੀਫਿਕੇਸ਼ਨ 400 ਗੁਣਾ ਹੋਤਾ ਹੈ, ਕਾਮ ਜੋ ਮਾਈਕਰੋਸਕੋਪ ਮੇਂ ਹਮ 400 ਗੁਣਾ ਮੈਗਨੀਫਾਈ ਕਰਕੇ ਦੇਖਤੇ, ਪਰ ਇਮਸੀ ਮੇਂ ਉਹੀ ਹਮ ਮੈਗਨੀਫਿਕੇਸ਼ਨ 7200 ਗੁਣਾ ਕਰਤੇ, ਮਤਲਬ 16 ਬਾਰ ਜ਼ਿਆਦਾ ਹੋ ਜਾਤਾ ਹੈ। ਤੋ ਉਸਮੇਂ ਅਗਰ ਉਸ ਸਪਰਮਸ ਮੇਂ ਕੁਛ ਪ੍ਰੋਬਲਮ ਹੈ, ਸਪਰਮਸ ਮੇਂ ਅਗਰ ਕੁਛ ਐਬਨੋਰਮੈਲਿਟੀ ਹੈ ਤੋ ਵੋ ਹਮ ਉਸਕੋ ਡਿਟੈਕਟ ਕਰਕੇ ਹਮ ਐਬਨੋਰਮਲ ਸਪਰਮਸ ਕੋ ਦੂਰ ਕਰਕੇ ਨਾਰਮਲ ਸਪਰਮਸ ਕੇ ਸਾਥ ਫਰਟੀਲਾਈਜੇਸ਼ਨ ਕਰੇਂਗੇ ਤੋ ਚਾਂਸਿਸ ਪ੍ਰੈਗਨੈਂਸੀ ਕੇ ਜ਼ਿਆਦਾ ਬੜ ਜਾਤੇ ਹੈ। ਔਰ ਇੱਕ ਔਰ ਤਰੀਕਾ ਹੋਤਾ ਹੈ ਜਿਨਕੇ ਸਪਰਮਸ ਬਾਹਰ ਨਹੀਂ ਆਤੇ ਹਸਬੈਂਡ ਕੇ, ਐਜ਼ੋਸਪਰਮੀਆ ਹੋਤਾ ਹੈ ਜਿਸਮੇਂ ਐਬਸੈਂਟ ਸਪਰਮ ਕਹਤੇ ਹੈ, ਜਿਸਕੋ ਇੱਕ ਵੀ ਸਪਰਮ ਨਹੀਂ ਆ ਰਿਹਾ ਬਾਹਰ, ਤੋ ਉਸ ਕੇਸਿਸ ਮੇਂ ਹਮ ਟੀਸਾ ਕਰਕੇ ਇੱਕ ਪ੍ਰੋਸੀਜਰ ਹੋਤਾ ਹੈ ਯਾ TC ਪ੍ਰੋਸੀਜਰ ਹੋਤਾ ਹੈ। ਇਨ ਸਭ ਤਰੀਕੋ ਸੇ ਅਗਰ ਹਮ ਪ੍ਰੈਗਨੈਂਸੀ ਕਰੇ ਤੋ ਡੈਫੀਨੇਟਲੀ ਪ੍ਰੈਗਨੈਂਸੀ ਯਾ IVF ਕਾ ਸਕਸੈਸ ਰੇਟ ਹੋਣੇ ਕੇ ਚਾਂਸਿਸ ਡੈਫੀਨੇਟਲੀ ਬੜ ਜਾਤੇ ਹੈ। ਇੱਕ ਔਰ ਚੀਜ਼ ਹੋਤੀ ਹੈ ਜਿਸਕੋ ਕਹਤੇ ਐਮਬ੍ਰਿਓ ਬਣ ਜਾਤਾ ਹੈ, ਐਮਬ੍ਰਿਓ ਮਤਲਬ ਇੱਕ ਐਗ ਕੇ ਅੰਦਰ ਬੇਬੀ ਬਣ ਗਿਆ, ਉਹ ਬਣ ਗਿਆ ਲੇਕਿਨ ਫਿਰ ਕਭੀ ਕਭੀ ਵੋ ਉਸਮੇ ਸੇ ਐਗ ਮੇਂ ਸੇ ਬਾਹਰ ਨਿਕਲ ਨਹੀਂ ਪਾਤਾ, ਤੋ ਉਸ ਕੇਸ ਮੇਂ ਹਮੇਂ ਲੇਜ਼ਰ ਬੀਮ ਸੇ ਉਸਕੋ ਹੈਚ ਕਰਨਾ ਪੜਤਾ ਹੈ। ਕੈਸੇ ਇੱਕ ਮੁਰਗੀ ਅੰਡੇ ਮੇਂ ਸੇ ਬਾਹਰ ਨਿਕਲਤੀ ਹੈ ਔਰ ਫਿਰ ਬੜਤੀ ਹੈ, ਤੋ ਸੇਮ ਤਰੀਕੇ ਸੇ ਜੋ ਅੰਡਾ ਹੈ, ਅੰਡੇ ਕੇ ਅੰਦਰ ਹਮਾਰਾ ਬੇਬੀ ਹੋਤਾ ਹੈ, ਵੋ ਬਾਹਰ ਨਿਕਲਤਾ ਹੈ, ਬੱਚੇਦਾਨੀ ਮੇਂ ਚਿਪਕਤਾ ਹੈ। ਤੋ ਅਗਰ ਕਭੀ ਕਭੀ ਐਗ ਕਾ ਕਵਰ ਹਾਰਡ ਹੈ ਔਰ ਅਗਰ ਹਮ ਉਸਪੇ ਲੇਜ਼ਰ ਬੀਮ ਸੇ ਕੱਟ ਕਰਕੇ ਅਗਰ ਹਮ ਉਸਕੋ ਅੰਦਰ ਡਾਲੇ ਤੋ ਇਮਪਲਾਂਟੇਸ਼ਨ ਜਿਸਕੋ ਕਹਤੇ ਹੈ ਕਿ ਭਈ ਐਮਬ੍ਰਿਓ ਅੰਦਰ ਚਿਪਕੇਗਾ ਔਰ ਗਰੋ ਕਰੇਗਾ, ਵੋ ਬਹੁਤ ਹਾਈ ਹੋਤਾ ਹੈ ਚਾਂਸਿਸ। ਤੋ ਡੈਫੀਨੇਟਲੀ ਹਮ ਲੇਜ਼ਰ ਹੈਚਿੰਗ ਕਰਨਾ ਚਾਹੇਂਗੇ ਜਿਸਸੇ ਇਮਪਲਾਂਟੇਸ਼ਨ ਕੇ ਚਾਂਸਿਸ ਬੜ ਜਾਏ। ਔਰ ਖੈਰ ਤੀਸਰਾ ਚੀਜ਼ ਹੈ ਕਿ ਬੋਡੀ, ਜਿਸਕੋ ਕਹਤੇ ਕਈ ਵਾਰ ਬੋਡੀ ਉਸਕੋ ਐਕਸੈਪਟ ਨਹੀਂ ਕਰ ਰਹੀ ਹੈ,
तो हमें बॉडी के बहुत सारे टेस्ट करके देखने होते हैं, जिसमें कि कोई ऑटोइम्यून एंटीबॉडीज तो नहीं बन रहे हैं, एंटीबॉडीज जो बेबी को ग्रो ही नहीं करने दे रहा, तो हम उन सब चीजों को ट्रीट करें, टेस्ट करें और फिर ट्रीट करें तो डेफिनेटली चांसेस बहुत अच्छे होंगे। डॉक्टर साहब, लोगों को आमतौर पर ये मिथ रहता है कि जो IVF है उसमें, क्योंकि लोग आजकल ज्यादा इस चीज से अवेयर नहीं है, उनको ये लगता है कि IVF वाला जो बच्चा है शायद मतलब इसमें कोई प्रॉब्लम है, कि उसको ये लगता है कि ये IVF वाला जो काम है पता नहीं मेरा अपना बच्चा होगा कि नहीं। और लेडीज में भी ये मत रहता है, और ये पंजाब में तो बहुत ज्यादा ही मत रहता है इस चीज का, IVF को तो जैसे वो हवा सा मार रहे हैं। लेकिन आपने इतने ज्यादा IVF यहाँ पर किए, क्या कहना चाहेंगे इनको? देखो, ये एक बहुत ही अच्छा क्वेश्चन है सुरुचि जी। पता है क्या है कि मेरे पास जो भी पेशेंट आता है, जो भी, सबसे पहला क्वेश्चन उसका यही होता है कि क्या वो एग मेरे होंगे, क्या वो स्पर्म्स मेरे होंगे। तो एक दैट इज द मोस्ट बोझ और टेंशन भी जायज है लोग पेशेंट्स की, कि भाई हाँ ये ना हो कि हम लैब में डाल रहे हैं और कुछ और ही हो जाए। देखो, सबसे इम्पोर्टेंट DNA टेस्ट अवेलेबल है, बच्चा डिलीवर होने के बाद आप DNA टेस्ट करके देख सकते हैं कि बेबी आपका अपना है। और उसमें लैब की बहुत इम्पोर्टेंट रोल ये होता है कि हम उसकी लेबलिंग्स बहुत अच्छे से करते हैं, हर लेवल पे लेबलिंग होती है, स्पर्म्स का लेबलिंग होता है, एग का लेबलिंग होता है, ताकि कोई मिक्सिंग होने के चांसेस नहीं है। डेफिनेटली ये बच्चा आपका अपना होगा जो आप IVF के द्वारा प्रेगनेंसी होगी और उससे वो आपके अंदर ग्रो करने वाला है। जैसा अगर एग भी ठीक है और स्पर्म भी ठीक है और यूटरस भी ठीक है, तीनों चीजें ठीक है, फिर भी प्रेगनेंसी नहीं हो रही, तो उसके लिए कोई और भी ऑप्शन है? देखो, यूजुअली अनएक्सप्लेन इनफर्टिलिटी इसी चीज को कहते हैं, जिसमें हम कह रहे हैं कि हमें कोई कारण ही नहीं पता पड़ रहा कि क्यों प्रेगनेंसी नहीं ठहर रही है। देखो, इस केस में सपोज आपके 3 या 3 से ज्यादा IVF फेलियर हो चुके हैं, तो कई बार हमें, और हमें अगर सपोज उसमें अगर ठीक है फिर तो डेफिनेटली हमें फिर से कोशिश उनके अपने एग या उनके अपने स्पर्म से करना पड़ेगा। लेकिन कई बार ये प्रॉब्लम होती है कि कई बार लेडीज के एग बनते नहीं है, तो उसमें एक ऑप्शन होता है थर्ड पार्टी ऑप्शन, जिसको कहते हैं। थर्ड पार्टी का मतलब पेशेंट्स के अलावा, हस्बैंड और वाइफ के अलावा एक तीसरा इन्वॉल्वमेंट होता है। तीसरा इन्वॉल्वमेंट 3 तरीकों से हो सकता है। एक तरीका ये होता है जिसमें कि अगर सपोज हस्बैंड के स्पर्म्स में प्रॉब्लम है तो उस केस में हम डोनर स्पर्म ले सकते हैं। दूसरी प्रॉब्लम अगर सपोज ये है, वो आपको बता भी कर रहे हैं, मतलब सब आपको पूछ के और आपको बता के होगा जो भी होगा। दूसरा प्रॉब्लम आता है सपोज लेडी के एग में प्रॉब्लम है, सपोज एग की क्वालिटी अच्छी नहीं है, कई बार एग में बहुत फ्रेगमेंटेशन होता है या बहुत डीजनरेशन होता है, तो उस केस में हम कई बार एग डोनेशन का ऑप्शन लेते हैं, जिसमें हम डोनर एग लेते हैं, जिसमें या तो फ्रोजन एग्स होते हैं या एक अलग से डोनर आती है जिसके हम अंडे लेते हैं और उसके अंदर प्रेगनेंसी करते हैं। तीसरा प्रॉब्लम आता है कई बार एग और स्पर्म तो एकदम ठीक है लेकिन बच्चेदानी में प्रॉब्लम है, बच्चेदानी में प्रेगनेंसी ठहरने के चांसेस बहुत कम है, तब हम सरोगेसी का ऑप्शन करते हैं। तो ये 3 चीजें हैं जिसको हम कहते हैं थर्ड पार्टी ऑप्शंस, तो डेफिनेटली उससे भी प्रेगनेंसी होने के चांसेस बढ़ जाते हैं। दर्शकों, जैसे आज हमने डॉक्टर पूजा मेहता जी ने बताया कि ये जो चीजें IVF है वो बिल्कुल सिंपल प्रोसीजर है, कोई इतनी घबराने वाली बात नहीं है। जो फेलियर भी हो जाते हैं तो आपको हताश होने की जरूरत नहीं है, उसके बाद भी सब कुछ हो सकता है। जैसे डॉक्टर साहब ने बताया कि तीनों चीजों में अगर तीनों चीजें ही ठीक है फिर भी नहीं प्रेगनेंसी हो रही, तो भी हमारे पास ऐसे ऑप्शन हैं जिनके साथ हम लोग प्रेगनेंसी है जो ले सकते हैं। डॉक्टर साहब, आपका बहुत बहुत धन्यवाद, और जाते जाते आपका क्या मैसेज रहेगा मेरे दर्शकों? सबसे इम्पोर्टेंट मैसेज की दर्शकों, प्लीज मत घबराइए। IVF फेलियर एक बहुत बड़ा स्ट्रेस लोगों के दिमाग में है, लेकिन प्लीज आप रुकिए मत। IVF एक ऐसी चीज है, IVF खेती के बराबर होती है। जैसे हम खेती में बीज डाल देते हैं और सपोज बीज अगर हम 100 बीज डाल देंगे तो 100 के 100 तो नहीं होगेंगे, वैसे ही IVF में अगर मैं 100 पेशेंट्स में IVF करूंगी तो 100 के 100 पेशेंट प्रेग्नेंट नहीं होने वाले हैं। तो हमें बार बार कोशिश करनी चाहिए और एक सही तरीके से कोशिश करनी चाहिए ताकि प्रेगनेंसी होने के चांसेस बहुत बढ़ जाए। थैंक यू। डॉक्टर साहब, आपका बहुत बहुत धन्यवाद जो आपने हमें कीमती समय दिया, और हम चाहेंगे कि हमारे चैनल के माध्यम से हम समय समय आपकी जो है कीमती समय लेते रहे और दर्शकों को अवेयर करते रहे। धन्यवाद। धन्यवाद।